देखो एबीपी सांझा टाटा स्काई चैनल नंबर 1929 पे। ਪਾਈ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਕਈ ਦਿੱਗਜਾਂ ਨੇ ਆਪਣੀ ਨਾਮਜ਼ਦਗੀ ਭਰੀ। ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਨੇ ਵੀ ਧੂਰੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਭਗਵੰਤ ਮਾਨ ਆਪਣੀ ਮਾਂ ਦੇ ਨਾਲ ਰਿਟਰਨਿੰਗ ਅਫਸਰ ਦਫ਼ਤਰ ਪਹੁੰਚੇ ਸਨ। ਨੋਮੀਨੇਸ਼ਨ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਧੂਰੀ 'ਚ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦਾ ਦਾਅਵਾ ਵੀ ਕੀਤਾ ਹੈ। ਜਦੋਂ ਮੈਂ 2012 'ਚ ਹਾਰਿਆ ਥੋ ਲਹਿਰੇਗਾ ਅੱਗੇ ਤੋਂ, ਮੈਨੂੰ ਥੋੜ੍ਹਾ ਜਿਹਾ ਦੁੱਖ ਲੱਗਿਆ ਵੀ ਯਾਰ ਇਹ ਕੀ ਹੋ ਗਿਆ, ਪਰ ਮੈਂ ਲੱਗਿਆ ਰਿਹਾ। ਮੈਂ ਕਿਹਾ ਵੀ ਚਲੋ ਠੀਕ ਹੈ, ਹਾਰ ਜਿੱਤ ਚੱਲਦੀ ਰਹਿੰਦੀ ਹੈ। 2014 ਦੇ ਵਿੱਚ ਪੰਜਾਬ 'ਚ ਸਭ ਤੋਂ ਵੱਧ ਮਾਰਜਨ 'ਤੇ ਉਸੇ ਹਲਕੇ 'ਚੋਂ ਕਾਂਗਰਸ ਦੀ ਜ਼ਮਾਨਤ ਜ਼ਬਤ ਸੀ ਉਸ ਸਾਲ, ਜ਼ਮਾਨਤ ਜ਼ਬਤ ਕਾਂਗਰਸ ਦੀ, ਠੀਕ ਹੈ ਜੀ। ਫਿਰ ਜਦੋਂ ਮੈਂ ਉੱਥੇ ਜਾ ਕੇ ਬੋਲਣ ਲੱਗਿਆ ਅੱਛੇ ਦਿਨ ਕਬ ਆਉਣੇ ਵਾਲੇ ਆ ਜੇ ਵੋ, ਤਾਂ ਫਿਰ ਮੈਨੂੰ ਫਿਰ ਉਦੋਂ ਅਹਿਸਾਸ ਹੋਇਆ ਕਿ ਪਰਮਾਤਮਾ ਜੋ ਕਰਦਾ ਸਹੀ ਕਰਦਾ। ਜੇ ਮੈਂ 2012 ਜਿੱਤ ਜਾਂਦਾ ਸ਼ਾਇਦ ਮੈਂ MLA ਬਣ ਕੇ ਰਹਿ ਜਾਂਦਾ। ਰੱਬ ਨੇ ਮੇਰੇ ਵਾਸਤੇ ਕੋਈ ਵੱਡੀ ਜ਼ਿੰਮੇਵਾਰੀ ਸੋਚੀ ਸੀ, ਹੁਣ 19 'ਚ ਵੀ ਨਿਭਾ ਲਿਆ। ਲੈ ਹੁਣ ਤੁਸੀਂ, ਮੈਂ ਦੱਸ ਦੇਣਾ ਤੁਹਾਨੂੰ ਕਿ ਪਰਮਾਤਮਾ ਜਿਹੜਾ ਹੈ ਉਹ ਮੈਨੂੰ ਕੋਈ ਹੋਰ ਵੱਡੀ ਜ਼ਿੰਮੇਵਾਰੀ ਵਾਸਤੇ ਤਿਆਰ ਕਰ ਰਿਹਾ। ਮੈਂ ਤਾਂ ਹਰ ਵਕਤ ਇਹੀ ਅਰਦਾਸ ਕਰਦਾ ਕਿ ਪਰਮਾਤਮਾ ਸਮੱਤ ਬਖਸ਼ੇ, ਬਲ ਬਖਸ਼ੇ। ਬਹੁਤ ਵੱਡੀ ਮਾਰਜਨ 'ਤੇ ਧੂਰੀ ਦੇ ਲੋਕ ਜਿਹੜੇ ਮੈਨੂੰ ਦੱਸ ਰਹੇ ਨੇ, ਕਹਿੰਦੇ ਇੱਕੋ ਪਾਸੇ ਪੈਣਗੀਆਂ ਵੋਟਾਂ। ਹੁਣ ਅਸੀਂ ਹੋਰ ਦੋਨੇ ਦੇਖ ਲਏ ਸਾਰੇ, ਅਸੀਂ ਪੰਜਿਆਂ ਤੱਕੜੀਆਂ 'ਚੋਂ ਨਿਕਲਾਂਗੇ, ਅਸੀਂ ਹੁਣ ਸਫਾਈ ਕਰਾਂਗੇ ਝਾੜੂ ਨਾਲ। ਉੱਧਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਰੰਧਾਵਾ ਨੇ ਜਿੱਥੇ 2022 'ਚ ਜਿੱਤ ਦੀ ਹੈਟ੍ਰਿਕ ਦਾ ਦਾਅਵਾ ਕੀਤਾ ਹੈ, ਉੱਥੇ ਹੀ ਉਹ ਮਜੀਠੀਆ ਅਤੇ ਸੁਖਬੀਰ ਬਾਦਲ ਉੱਤੇ ਵੀ ਨਿਸ਼ਾਨਾ ਲਾਉਣਾ ਨਹੀਂ ਭੁੱਲੇ। ਇਸ ਹਲਕੇ 'ਚੋਂ ਡੇਰਾ ਬਾਬਾ ਨਾਨਕ 'ਚੋਂ 2 ਵਾਰਾਂ ਲਗਾਤਾਰ ਗੁਰੂ ਮਹਾਰਾਜ ਨੇ ਜਿੱਤ ਬਖਸ਼ੀ ਆ, ਔਰ ਤੀਜੀ ਵਾਰੀ ਫਿਰ ਅਰਦਾਸ ਕਰਕੇ ਆਇਆ ਕਿ ਬਾਬਾ ਨਾਨਕ ਜੇ ਤੇਰੀ ਸੇਵਾ ਕੀਤੀ ਹੈ, ਤੇਰੇ ਇਲਾਕੇ ਦੀ ਸੇਵਾ ਕੀਤੀ ਆ, ਤਾਂ ਮੇਰੇ 'ਤੇ ਕਿਰਪਾ ਕਰ ਔਰ ਤੀਜੀ ਵਾਰਾਂ ਵੀ ਜਿੱਤ ਦੁਆ। ਜੇ ਮਾਫੀਆ ਰਾਜ ਆਇਆ ਤਾਂ ਪ੍ਰਕਾਸ਼ ਸਿੰਘ ਬਾਦਲ ਜਿਸ ਦਿਨ ਹੈਲਪਲੈਸ ਹੋ ਗਏ, ਉਸ ਦਿਨ ਜੀਜੇ ਸਾਲੇ ਨੇ ਪੰਜਾਬ 'ਚ ਮਾਫੀਆ ਰਾਜ ਲਿਆਂਦਾ, ਅਤੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਵਾਗਡੋਰ ਰਹਿੰਦੀ ਤਾਂ ਅੱਜ ਨਾ ਪੰਜਾਬ 'ਚ ਚਿੱਟਾ ਹੁੰਦਾ, ਨਾ ਕਿਤੇ ਟਰਾਂਸਪੋਰਟ ਮਾਫੀਆ ਹੁੰਦਾ, ਨਾ ਕਿਤੇ ਸੈਂਡ ਮਾਫੀਆ ਹੁੰਦਾ। ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਵੱਲੋਂ ਵੀ 2022 ਲਈ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਗਈ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਵੀ ਬਠਿੰਡਾ ਸ਼ਹਿਰੀ ਸੀਟ ਤੋਂ ਆਪਣਾ ਨੋਮੀਨੇਸ਼ਨ ਭਰਿਆ ਗਿਆ ਹੈ। ਮਨਪ੍ਰੀਤ ਬਾਦਲ ਆਪਣੇ ਪੂਰੇ ਪਰਿਵਾਰ ਦੇ ਨਾਲ ਕਾਗਜ਼ ਭਰਨ ਪਹੁੰਚੇ ਸਨ। ਮੇਰਾ ਬਠਿੰਡੇ ਸ਼ਹਿਰ ਦੇ ਲੋਕਾਂ ਨਾਲ ਇੱਕ ਕਮਿਟਮੈਂਟ ਹੈ, ਇੱਕ ਵਾਅਦਾ ਹੈ ਕਿ ਜੇ MLA ਵਾਲੀ ਪਗੜੀ ਬਠਿੰਡਾ ਸ਼ਹਿਰ ਦੇ ਲੋਕਾਂ ਨੇ ਮੇਰੇ ਸਿਰ 'ਤੇ ਇੱਕ ਵਾਰੀ ਫਿਰ ਰੱਖਤੀ, ਤਾਂ ਮੈਂ ਬਠਿੰਡੇ ਸ਼ਹਿਰ ਦੇ ਲੋਕਾਂ ਦੀ ਦਿੱਤੀ ਹੋਈ ਪਗੜੀ ਨੂੰ ਕਦੇ ਦਾਗ ਨਹੀਂ ਲੱਗਣ ਦਊਂਗਾ। ਔਰ ਜਿੰਨਾ ਚਿਰ ਮੇਰੀ ਜਾਨ 'ਚ ਜਾਨ ਹੈ ਅਤੇ ਸਾਹ 'ਚ ਸਾਹ ਹੈ, ਮੈਂ ਇਸ ਸ਼ਹਿਰ ਦੇ ਲੋਕਾਂ ਦਾ ਸਿਰ ਕਿਤੇ ਚੁੱਕਣ ਨਹੀਂ ਦਊਂਗਾ, ਕਿਤੇ ਨੀਵਾਂ ਨਹੀਂ ਹੋਣਾ। ਖੈਰ, ਸੂਬੇ 'ਚ 2022 ਲਈ ਨਾਮਜ਼ਦਗੀਆਂ ਦਾ ਦੌਰ 1 ਜਨਵਰੀ ਤੱਕ ਜਾਰੀ ਰਹੇਗਾ, ਪਰ ਇਸ ਦੌਰਾਨ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਾਇਦਾਦ ਦਾ ਬਿਊਰਾ ਵੀ ਹਮੇਸ਼ਾ ਦੀ ਤਰ੍ਹਾਂ ਦਿੱਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੇ ਲੀਡਰ ਕਿੰਨੇ ਕੁ ਅਮੀਰ ਨੇ। ਅਤੇ ਹੁਣ ਇੱਕ ਨਜ਼ਰ ਪੰਜਾਬ ਦੇ ਲੀਡਰਾਂ ਦੀ ਸੰਪੱਤੀ ਉੱਤੇ ਵੀ ਮਾਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਦੀ। ਨਾਮਜ਼ਦਗੀ ਦੌਰਾਨ ਆਪਣੇ ਦਿੱਤੇ ਹਲਫਨਾਮੇ ਦੇ ਮੁਤਾਬਕ ਮਜੀਠੀਆ ਦੀ ਜਾਇਦਾਦ ਪਿਛਲੇ 5 ਸਾਲਾਂ ਦੌਰਾਨ ਅੱਧੀ ਰਹਿ ਗਈ ਹੈ। ਸਾਲ 2017 'ਚ ਮਜੀਠੀਆ ਦੀ ਕੁੱਲ ਜਾਇਦਾਦ 12.29 ਕਰੋੜ ਰੁਪਏ ਸੀ, ਜੋ ਹੁਣ ਮਹਿਜ 6.49 ਕਰੋੜ ਰਹਿ ਗਈ ਹੈ, ਜਿਸ 'ਚੋਂ ਮਜੀਠੀਆ ਦੇ ਨਾਂ 3,08,83,957 ਰੁਪਏ ਚੱਲ ਸੰਪੱਤੀ ਹੈ ਅਤੇ 16 ਲੱਖ ਰੁਪਏ ਦੀ ਅਚਲ ਜਾਇਦਾਦ ਹੈ, ਜਦੋਂ ਕਿ ਬਾਕੀ ਦੀ ਸੰਪੱਤੀ ਉਹਨਾਂ ਦੀ ਪਤਨੀ ਅਤੇ ਦੋਵੇਂ ਬੱਚਿਆਂ ਦੇ ਨਾਮ ਹੈ। ਮਜੀਠੀਆ ਦੀ ਜਾਇਦਾਦ ਬੇਸ਼ੱਕ ਘੱਟ ਹੋਈ ਹੈ, ਪਰ ਕਾਂਗਰਸ ਦੇ ਕਈ ਲੀਡਰਾਂ ਦੀ ਜਾਇਦਾਦ 'ਚ ਚੰਗਾ ਵਾਧਾ ਹੋਇਆ ਹੈ। ਸੂਬੇ ਦੇ ਉਪ ਮੁੱਖ ਮੰਤਰੀ OP ਸੋਨੀ ਦੀ ਜਾਇਦਾਦ ਸਾਲ 2017 'ਚ 12.22 ਕਰੋੜ ਰੁਪਏ ਸੀ, ਜੋ ਹੁਣ ਵੱਧ ਕੇ 17.70 ਕਰੋੜ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਸੂਬੇ ਦੇ ਟਰਾਂਸਪੋਰਟ ਮੰਤਰੀ ਰਾਜਾ ਬੜਿੰਗ ਦੀ ਜਾਇਦਾਦ 'ਚ ਵੀ ਚੰਗਾ ਵਾਧਾ ਹੋਇਆ ਹੈ। ਸਾਲ 2017 'ਚ ਰਾਜਾ ਬੜਿੰਗ ਦੀ ਜਾਇਦਾਦ 8.27 ਕਰੋੜ ਰੁਪਏ ਸੀ, ਜੋ ਹੁਣ ਵੱਧ ਕੇ 15.12 ਕਰੋੜ ਰੁਪਏ ਹੋ ਗਈ ਹੈ, ਜਿਸ ਵਿੱਚੋਂ 3.31 ਕਰੋੜ ਰੁਪਏ ਚੱਲ ਅਤੇ 3.92 ਕਰੋੜ ਰੁਪਏ ਅਚਲ ਜਾਇਦਾਦ ਆ। ਜੇਕਰ ਗੱਲ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੀ ਕੀਤੀ ਜਾਵੇ ਤਾਂ ਉਹਨਾਂ ਦੀ ਮੌਜੂਦਾ ਸੰਪੱਤੀ 2.25 ਕਰੋੜ ਰੁਪਏ ਤੋਂ ਵੱਧ ਹੀ ਦੱਸੀ ਗਈ ਹੈ।